ਅੱਜ ਆਪਾਂ ਚੈਪਟਰ 6 ਲਾਈਨਸ ਐਂਡ ਐਂਗਲਸ ਰੇਖਾਵਾਂ ਅਤੇ ਕੋਣ ਦਾ ਐਕਸਰਸਾਈਜ਼ 6.1 ਦਾ ਦੂਜਾ ਕੁਐਸਚਨ ਕਰਨਾ। ਕੱਲ ਪਹਿਲਾਂ ਕੀਤਾ ਸੀ, ਅੱਜ ਦੂਜੇ ਦੀ ਵਾਰੀ ਹੈ। ਦੂਜੇ ਵਿੱਚ ਇੱਕ ਤਾਂ ਡਾਇਗ੍ਰਾਮ ਦਿੱਤੀ ਹੋਈ ਹੈ, ਇਹਦੇ 'ਚ ਕੀ ਦਿੱਤਾ, ਕੋਣ ਪੀ ਓ ਵਾਈ ਬਰਾਬਰ ਕਿੰਨੇ ਡਿਗਰੀ ਹੈ, 90। ਵੈਸੇ ਵੀ ਉਹਨਾਂ ਨੇ ਇੱਥੇ ਲਿਖਤਾ, ਪਰ ਇੱਥੇ ਜੇ ਆਪਾਂ ਡਾਇਗ੍ਰਾਮ 'ਚ ਦੇਖੀਏ ਆ ਕਿਹੜੇ ਐਂਗਲ ਦਾ ਨਿਸ਼ਾਨ ਹੁੰਦਾ, 90 ਦਾ। ਤਾਂ ਮੈਥ ਵਿੱਚ ਬਹੁਤ ਸਾਰੀਆਂ ਚੀਜ਼ਾਂ ਆਪਾਂ ਸਿਰਫ ਨਿਸ਼ਾਨ ਨਾਲ ਦਿਖਾ ਦਿੰਦੇ ਹਾਂ, ਇੱਥੇ ਅੱਖਰਾਂ 'ਚ ਲਿਖਦੇ ਨਹੀਂ। ਹੁਣ ਇੱਥੇ ਉਹਨਾਂ ਨੇ 90 ਡਿਗਰੀ ਵਾਲਾ ਕੋਣ ਹੀ ਇੱਥੇ ਲਿਖਤਾ, ਪਰ ਜ਼ਿਆਦਾਤਰ ਨਹੀਂ ਲਿਖਿਆ ਹੁੰਦਾ, ਠੀਕ ਹੈ। ਹੁਣ ਉਹ ਕੋਣ ਵਿੱਚ ਹੈ ਤੇ ਆਸੇ ਪਾਸੇ ਪੀ ਤੇ ਵਾਈ, ਤਾਂ ਇਹਦਾ ਮਤਲਬ ਆਹੀ 90 ਡਿਗਰੀ ਉਹਨਾਂ ਨੇ ਲਿਖਿਆ। ਉਸ ਤੋਂ ਬਾਅਦ ਦੂਜੀ ਚੀਜ਼ ਕੀ ਦਿੱਤੀ ਹੈ, ਇਹ ਆ ਕਾਹਦਾ ਨਿਸ਼ਾਨ ਹੈ, ਅਨੁਪਾਤ ਰੇਸ਼ੋ। ਵੈਰੀ ਗੁੱਡ ਅਸ਼ਮਨ, ਅਨੁਪਾਤ ਜਾਂ ਰੇਸ਼ੋ, ਇਹ ਅਨੁਪਾਤ ਬੀ ਕਿੰਨਾ ਦਿੱਤਾ, 2:3। ਤਾਂ ਉਹਨਾਂ ਨੇ ਆਪਾਂ ਨੂੰ ਕੀ ਕੱਢਣ ਨੂੰ ਕਿਹਾ, ਸੀ। ਹੁਣ ਏ ਤੇ ਬੀ ਦਾ ਉਹਨਾਂ ਨੇ ਮੁੱਲ ਤਾਂ ਨਹੀਂ ਦਿੱਤਾ, ਵੈਲਿਊ ਦਿੱਤੀ ਏ ਤੇ ਬੀ ਦੀ, ਨਹੀਂ। ਉਹਨਾਂ ਨੇ ਸਿੰਪਲ ਕਿਹਾ ਕਿ ਏ ਅਨੁਪਾਤ ਬੀ ਕਿੰਨਾ, 2:3। ਮਤਲਬ ਕੀ ਹੈ ਕਿ ਇੱਕ ਚੀਜ਼ ਦਾ 2 ਹਿੱਸਾ ਏ ਹੈ, ਬੀ ਕਿੰਨੇ ਹਿੱਸੇ ਹੈ, ਤਾਂ ਆਪਾਂ ਮੁੱਲ ਕੀ ਕੱਢਣਾ, ਸੀ ਦਾ। ਹੁਣ ਕਿਵੇਂ ਕੱਢਾਂਗੇ, ਇੱਕ ਗੱਲ ਪਹਿਲਾਂ ਤੁਸੀਂ ਮੈਨੂੰ ਦੱਸੋ, ਆ ਬੀ ਤੇ ਸੀ ਕੋਣ, ਧਿਆਨ ਨਾਲ ਦੇਖੋ, ਬੀ ਤੇ ਸੀ ਕੋਣ, ਆ ਜੇ ਮੈਂ ਇਹਨਾਂ ਨੂੰ ਕਰਦਾ ਕਿਹੜੇ ਕਿੰਨੇ ਡਿਗਰੀ ਦਾ ਕੋਣ ਬਣਦਾ, 180 ਡਿਗਰੀ, ਕਿਉਂ, ਠੀਕ, ਇਹ ਵੀ ਰੀਜ਼ਨ ਠੀਕ ਹੈ, ਪੂਰਾ 360 ਦਾ ਹੁੰਦਾ ਤੇ ਅੱਧਾ 180 ਡਿਗਰੀ, ਪਰ ਕੋਈ ਹੋਰ ਰੀਜ਼ਨ ਆਪਾਂ ਪਹਿਲੇ ਸਵਾਲ ਜੀ ਸਟ੍ਰੇਟ ਲਾਈਨ, ਸਿੱਧੀ ਲਾਈਨ ਤੇ ਜਿਹੜਾ ਕੋਣ ਬਣਦਾ ਉਹ ਵੀ ਕਿੰਨੇ ਡਿਗਰੀ ਦਾ ਹੁੰਦਾ, 180। ਬਿਲਕੁਲ, ਦੇਖੋ ਆ ਕੋਣ ਜਿੱਥੇ ਦੋਵੇਂ ਖਤਮ ਹੁੰਦੇ ਆ ਉਹ ਬਿਲਕੁਲ ਸਿੱਧੀ ਲਾਈਨ ਬਣਦੀ ਪਈ ਹੈ, ਤਾਂ ਇਸ ਕਰਕੇ ਇਹ ਵੀ ਕੋਣ ਕਿੰਨੇ ਡਿਗਰੀ ਦਾ, 180। ਦੋਵੇਂ ਹੀ ਰੀਜ਼ਨ ਠੀਕ ਹੈ, ਦੋਵੇਂ ਹੀ ਲੌਜਿਕ ਠੀਕ ਹੈ ਕਿ ਪੂਰਾ ਚੱਕਰ 360 ਦਾ ਹੁੰਦਾ, ਤਾਂ ਅੱਧਾ ਕਿੰਨੇ ਦਾ ਹੋ ਗਿਆ, 180। ਹੁਣ ਇਸਦਾ ਮਤਲਬ ਮੈਂ ਬੀ ਤੇ ਸੀ ਦਾ ਮੁੱਲ ਕੱਢਣਾ, ਜੇ ਬੀ ਨੂੰ ਬੀ ਦਾ ਮੁੱਲ ਕੱਢ ਲਾਂ ਤੇ ਉਹਨੂੰ ਕਿੰਨਿਆਂ ਚੋਂ ਕਢਾ ਲਾਂ, 180, ਕਿਉਂਕਿ ਆਪਾਂ ਕਿਹਾ ਕਿ ਇਹ ਪੂਰਾ ਕੋਣ 180 ਡਿਗਰੀ ਦਾ, ਤਾਂ ਬੀ ਦਾ ਮੁੱਲ ਕੱਢ ਕੇ 180 ਚੋਂ ਕਢਾ ਲਾਂ ਤਾਂ ਸੀ ਦਾ ਮੁੱਲ ਆ ਜਾਊਗਾ, ਤੇ ਆਪਾਂ ਨੂੰ ਉਹੀ ਚਾਹੀਦਾ, ਤਾਂ ਇਸਦਾ ਮਤਲਬ ਸੀ ਦਾ ਮੁੱਲ ਕੱਢਣ ਲਈ ਮੈਨੂੰ ਕਿੰਦਾ ਮੁੱਲ ਕੱਢਣਾ ਪਿਆ, ਬੀ ਦਾ। ਹੁਣ ਬੀ ਦਾ ਕਿਵੇਂ ਕੱਢਣਾ, ਜਦੋਂ ਅਨੁਪਾਤ ਦਿੱਤਾ ਹੋਵੇ ਉਦੋਂ ਕੀ ਤਰੀਕਾ ਲਾਈਦਾ, ਬੀ ਲਈ ਬੀ ਬਰਾਬਰ, ਬੀ ਪਿੱਛੇ ਲਿਖਿਆ ਤਾਂ ਪਿੱਛੋਂ ਦਾ ਕਿੰਨਾ ਨੰਬਰ ਲਿਖਿਆ, 3, ਬਟੇ ਅਨੁਪਾਤ ਦਾ ਜੋੜ 2+3 ਗੁਣਾ ਕਿੰਨੇ ਡਿਗਰੀ ਦਾ, ਏ ਤੇ ਬੀ ਦਾ ਆਪਾਂ ਦੇਖਦੇ ਪਏ ਨਾ ਅਨੁਪਾਤ, ਤਾਂ ਏ ਤੇ ਬੀ ਆ 90 ਹੈ, ਤਾਂ ਫਿਰ ਆ ਕਿੰਨਾ ਹੋ ਗਿਆ, ਇਹ ਵੀ 90, ਕਿਉਂਕਿ ਇਹ ਫੇਰ ਪੂਰਾ ਅੱਧਾ ਕੋਣ ਬਣਦਾ 180 ਦਾ, ਉਹਦੇ ਚ ਆ ਹਿੱਸਾ 90 ਦਾ, ਇਹਦਾ ਮਤਲਬ ਆ ਹਿੱਸਾ ਕਿੰਨੇ ਦਾ ਰਹਿ ਗਿਆ, 90, ਤਾਂ 90 ਹੈ ਤਾਂ ਇਹਨੂੰ 90 ਨਾਲ ਗੁਣਾ, ਸਮਝ ਲੱਗੀ, ਧਿਆਨ ਨਾਲ ਦੇਖੋ, ਮੰਨ ਲਓ ਇੱਥੇ ਏ ਤੇ ਬੀ ਹੁੰਦਾ, ਠੀਕ ਹੈ, ਹੁਣ ਇੱਥੇ ਏ ਅਨੁਪਾਤ ਬੀ ਦਿੱਤਾ ਹੁੰਦਾ, ਹੁਣ ਇੱਥੇ ਅਨੁਪਾਤ ਵਿੱਚ ਜਗਸੀਰ
ਗੁਨਾ ਆਪਾਂ 90 ਨਾਲ ਕਰਦੇ ਕਿ ਕਿਸੇ ਹੋਰ ਨਾਲ? ਕਿਸੇ ਦਾ ਮੁੱਲ ਕੱਢਦੇ ਤੇ ਉਹਨੂੰ ਕਿੰਨੇ ਦਾ ਗੁਣਾ ਗੁਣਾ ਕਰਦੇ? ਇੱਥੇ ਏ ਤੇ ਬੀ ਦਾ ਅਨੁਪਾਤ ਟੋਟਲ ਕਿੰਨੇ ਦਾ ਗੁਣ ਬਣਦਾ? ਇੱਥੇ 90 ਨਾਲ ਗੁਣਾ। ਇਹ ਕੋਈ ਪੱਕਾ ਫਾਰਮੂਲਾ ਨੀ ਕਿ ਹਰ ਵਾਰ 90 ਨਾਲ ਗੁਣਾ ਕਰਨਾ। ਜਿਹੜਾ ਹੀ ਰੇਸ਼ੋ ਕੱਢਣੀ ਹੈ ਉਹ ਦੋਵਾਂ ਨੂੰ ਮਿਲਾ ਕੇ ਕਿੰਨੇ ਦਾ ਕੋਣ ਬਣਦਾ? 180 ਦਾ ਬਣਦਾ ਕਿ 90 ਦਾ? ਉਹਨਾਂ ਗੁਣਾ ਕਰਨਾ, ਠੀਕ ਹੈ। ਹੁਣ ਆ 3 ਵੱਡੇ ਕਿੰਨਾ ਆ ਗਿਆ? 5 ਗੁਣਾ 90 ਨੂੰ 5 ਦੇ ਵੱਡੇ ਦੇ ਕੱਟਿਆ, 5 1 ਦਾ 5, 5 8 ਦਾ 14, 18 ਨੂੰ 3 ਨਾਲ ਕੀ ਕਰਨਾ? ਮਲਟੀਪਲਾਈ, ਹਾਂ, ਕਿੰਨਾ ਹੋਊਗਾ? 18 3 120, ਵੈਰੀ ਗੁਡ। ਪੈਨ ਪੈਨਸਿਲ ਨਾਲ ਪੜਿਆ ਕਰੋ, ਦਿਮਾਗ ਨਾਲ ਕੈਲਕੂਲੇਸ਼ਨ ਕਰਨ ਦੀ ਕੋਸ਼ਿਸ਼ ਕਰੋ ਤੋੜ ਤੋੜ ਕੇ। ਕਿਵੇਂ 180 ਚੋਂ 50 ਘਟਾ ਲਓ, ਕਿੰਨਾ ਗਿਆ? 130 ਚੋਂ ਹੋਰ ਕਿੰਨੇ ਘਟਾਣੇ ਆ? 4, 130 ਚੋਂ 4 ਹੋਰ ਘਟਾਏ, ਕਿੰਨੇ ਆ ਗਏ? 126, ਜਵਾਬ ਆ ਗਿਆ। ਸਮਝ ਲੱਗ ਗਈ? ਇਹਦੇ ਕਾਰਨ ਲਿਖਣਾ ਹੈ ਕਿ B + C = 180 ਡਿਗਰੀ, ਕਿਉਂਕਿ ਕਿਹੜਾ ਕੋਣ ਹੈ? ਸਿੱਧਾ ਕੋਣ, ਜਾਂ ਇੰਗਲਿਸ਼ ਕੀ ਲਿਖਾਂਗੇ? ਸਟ੍ਰੇਟ ਐਂਗਲ। ਕਿਸੇ ਨੂੰ ਨਹੀਂ ਸਮਝ ਆਇਆ ਤਾਂ ਮੈਂ ਦੱਸ ਦੂ ਕੀ ਕੀਤਾ। ਆਪਾਂ ਨੂੰ ਦਿੱਤਾ ਕੀ ਸੀ? ਏ ਬੀ ਕੱਢਣਾ ਕੀ ਸੀ? ਸੀ ਨੂੰ ਕੱਢਣ ਲਈ ਆਪਾਂ ਕੀ ਕੱਢਿਆ? ਕਿਉਂ? ਕਿਉਂਕਿ ਦੋਵਾਂ ਦਾ ਕੋਣ ਕਿੰਨੇ ਡਿਗਰੀ ਦਾ ਬਣਦਾ? 180 ਦਾ। ਤਾਂ ਬੀ ਦਾ ਮੁੱਲ ਕਿਵੇਂ ਕੱਢਿਆ? ਜਦੋਂ ਰੇਸ਼ੋ ਦਿੱਤੀ ਹੁੰਦੀ ਹੈ ਤਾਂ ਬੀ ਦੀ ਰੇਸ਼ੋ ਵੱਡੇ ਸਾਰੀ ਰੇਸ਼ੋ ਦਾ ਜੋੜ ਗੁਣਾ, ਜਰੂਰੀ ਨੀ 90, ਜਿੰਨਾ ਉਹ ਕੋਣਾਂ ਦਾ ਜੋੜ ਆਵੇ। ਸੋਲਵ ਕੀਤਾ ਦੱਸ। ਕਿਸੇ ਨੂੰ ਪ੍ਰੋਬਲਮ?